ਸਾਰੇ ਮੇਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਔਰ ਖਾਸ ਤੌਰ ਤੇ ਜੋ ਆਪਣਾ ਲਾਈਵ ਪੰਜਾਬੀ ਇਹ YouTube ਚੈਨਲ ਹੈ ਉਹਨਾਂ ਵੀਰਾਂ ਦਾ ਵੀ ਧੰਨਵਾਦ ਅੱਜ ਵੀਰੋ ਅਸੀਂ ਇੱਥੇ ਵੀਡੀਓ ਬਣਾਉਣ ਦਾ ਜੋ ਸਾਡਾ ਮਕਸਦ ਹੈ ਉਹ ਇਹ ਹੈ ਕਿ ਸਾਡਾ ਇੱਕ ਬਹੁਤ ਹੀ ਗੰਭੀਰ ਮੁੱਦਾ ਅਸੀਂ ਲੈ ਕੇ ਤੁਹਾਡੇ ਸਾਹਮਣੇ ਹੋਏ ਹਾਂ ਵੀਰੋ ਜੋ ਇਹ ਮੁੱਦਾ ਹੈ ਆਉਣ ਵਾਲੀਆਂ ਕਿਸੇ ਵੀ ਸਮੇਂ ਦੀਆਂ ਸਰਕਾਰਾਂ ਨੇ ਇਹ ਸਾਡਾ ਮੁੱਦਾ ਨਹੀਂ ਚੱਕਿਆ ਅਸੀਂ ਕਾਫੀ ਰਾਜਨੀਤਿਕ ਲੀਡਰ ਆਏ ਨੇਤਾ ਆਏ ਮਨਿਸਟਰ ਆਏ ਅਸੀਂ ਉਹਨਾਂ ਕੋਲੇ ਇਹ ਮੁੱਦਾ ਸਮੇਂ-ਸਮੇਂ ਤੇ ਚੁਕਦੇ ਰਹੇ ਹਾਂ ਪਰ ਕਿਸੇ ਵੀ ਸਰਕਾਰਾਂ ਨੇ ਸਾਡੇ ਇਸ ਮੁੱਦੇ 'ਤੇ ਧਿਆਨ ਨਹੀਂ ਦਿੱਤਾ ਇਹ ਸਾਡਾ ਮੁੱਦਾ ਕੀ ਹੈ ਇਹ ਮੁੱਦਾ ਜੋ ਹੈ ਸਾਡਾ ਮੇਨ ਇਹ ਹੈ ਸਾਡੇ ਖੱਗਰ ਦਰਿਆ ਦਾ ਜਿਹਨੂੰ ਅਸੀਂ ਪਿਆਰ ਨਾਲ ਨਾਲੀ ਵੀ ਕਹਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਮੁੱਦਾ ਵੀਰੋ ਮੁੱਦਾ ਕੀ ਹੈ ਅਸੀਂ ਕੋਈ ਜ਼ਿਆਦਾ ਲੰਮੀ ਗੱਲ ਨਹੀਂ ਖਿੱਚਣੀ ਜ਼ਿਆਦਾ ਕੋਈ ਡਿਟੇਲ ਨਹੀਂ ਉਹ ਕਰਨਾ ਅਸੀਂ ਤੁਹਾਨੂੰ ਮੇਨ ਮੇਨ ਜੋ ਇਹ ਮੁੱਦੇ ਦੀਆਂ ਜਾਣਕਾਰੀਆਂ ਦੇਣੀਆਂ ਨੇ ਉਹ ਇਹ ਨੇ ਵੀ ਸਨ 95 ਦੀ ਗੱਲ ਹੈ ਜਦੋਂ ਅਸੀਂ ਪੰਜਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਸ ਟਾਈਮ ਦੇ ਵਿੱਚ ਸਾਡੇ ਪਿੰਡ ਦੀਆਂ ਬੁੜੀਆਂ ਅਸੀਂ ਹੋਰ ਵੀ ਜਿੰਨੇ ਬੰਦੇ ਨੇ ਇੱਥੇ ਇਸ ਪਾਣੀ ਦੇ ਵਿੱਚ ਅਸੀਂ ਨਹਾਉਣਾ ਆ ਕਰਦੇ ਸੀਗੇ ਇਥੋਂ ਬੁੜੀਆਂ ਕੱਪੜੇ ਧੋਉਂਦੀਆਂ ਸੀਗੀਆਂ ਪਰ ਅੱਜ ਵੀਰੋ ਤਕਰੀਬਨ 20-22 ਸਾਲਾਂ ਬਾਅਦ ਸਾਡੀ ਇਸ ਖੱਗੜ ਦਰਿਆ ਦਾ ਖੱਗੜ ਦੀ ਜਿਹਨੂੰ ਅਸੀਂ ਪਿਆਰ ਨਾਲ ਨਾਲੀ ਕਹਿ ਦਿੰਨੇ ਆ ਇਹਨੂੰ ਦਰਿਆ ਨਾ ਛੱਡ ਕੇ ਹੁਣ ਵੀਰੋ ਇੱਕ ਗੰਦੇ ਨਾਲੇ ਦਾ ਰੂਪ ਦੇ ਚੁੱਕਿਆ ਜਗਾ ਹੁਣ ਇਹ ਮੁੱਦਾ ਸਾਡਾ ਉਠਾਉਣ ਦਾ ਮੇਨ ਮਕਸਦ ਵੀ ਕੀ ਹੈ ਜਿੱਥੋਂ ਤੱਕ ਵੀ ਮੇਰੇ ਪੰਜਾਬੀ ਵੀਰ ਸਾਡੀ ਇਹ ਵੀਡੀਓ ਦੇਖ ਰਹੇ ਨੇ ਸਾਨੂੰ ਸੁਣ ਰਹੇ ਨੇ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਸਿਰਫ ਕੋਈ ਅਸੀਂ ਰਾਜਨੀਤਿਕ ਲਾਹਾ ਲੈਣ ਵਾਸਤੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਮੇਰੀ ਰਿਕੁਐਸਟ ਹੈ ਅਗਰ ਕੋਈ ਲੀਡਰ ਕੋਈ ਐਮਪੀ ਕੋਈ ਮਨਿਸਟਰ ਇਹ ਸਾਡੀ ਵੀਡੀਓ ਦੇਖ ਰਿਹਾ ਹੈ ਤਾਂ ਸਿਰਫ ਔਰ ਸਿਰਫ ਇੱਕ ਨਾਈਟ ਲਈ ਇੱਕ ਰਾਤ ਦਾ ਸਮਾਂ ਕੱਢ ਕੇ ਸਾਡੇ ਪਿੰਡ ਚ ਆਵੇ ਸਾਡਾ ਜਿਹੜਾ ਮੁੱਦਾ ਉਠਾਉਣ ਦਾ ਮੇਨ ਮਤਲਬ ਹੈ ਉਸ ਬੰਦੇ ਨੂੰ ਵੀ ਪਤਾ ਲੱਗ ਜੂਗਾ ਵੀ ਅਸੀਂ ਇਹ ਮੁੱਦਾ ਕਿਉਂ ਉਠਾ ਰਿਆ ਬੀਰੋ ਰਾਤ ਨੂੰ 8 ਵਜੇ ਤੋਂ ਲੈ ਕੇ ਤੜਕੇ ਦਿਨ ਦੇ 8 ਵਜੇ ਤੱਕ ਸਾਡੇ ਪਿੰਡਾਂ ਦੇ ਲੋਕ ਇਸ ਗੰਦੀ ਨਾਲੀ ਦੇ ਵਿੱਚ ਨਰਕ ਭੋਗਦੇ ਨੇ ਅੱਜ ਇੰਨਾ ਸਾਨੂੰ ਅਸੀਂ ਕੀ ਦੱਸੀਏ ਵੀ ਐਨਾ ਬੁਰਾ ਹਾਲ ਹੈ ਸਾਡੇ ਬੱਚੇ ਬਾਹਰ ਚੰਗੀ ਹਵਾ ਦੇ ਵਿੱਚ ਸਾਹ ਨਹੀਂ ਲੈ ਸਕਦੇ ਐਨਾ ਪਾਣੀ ਦੂਸ਼ਿਤ ਹੋਣ ਕਰਕੇ ਸ਼ਾਮ ਦੇ ਟਾਈਮ ਦੇ ਵਿੱਚ ਇੰਨੀ ਬਦਬੂ ਮਾਰਦੀ ਹੈ ਕਿ ਸਾਡੇ ਕੋਲੇ ਮੇਰੇ ਕੋਲੇ ਲਫ਼ਜ਼ ਨਹੀਂ ਆ ਤੁਹਾਨੂੰ ਦੱਸਣ ਵਾਸਤੇ ਤੇ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਦੱਸਿਆ ਵੀ ਹੈ ਪਰ ਕਿਸੇ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਕਾਰਨ ਕੀ ਹੈ ਵੀ ਕੋਈ ਇਸ ਮੈਟਰ ਨੂੰ ਉਠਾਉਣਾ ਹੀ ਨਹੀਂ ਚਾਹੁੰਦਾ ਔਰ ਅੱਜ ਇਸੇ ਗੰਦੇ ਪਾਣੀ ਕਰਕੇ ਪਿੰਡਾਂ ਦੇ ਜਿਹੜੇ ਵੀ ਪਿੰਡ ਇਸ ਨਾਲੀ ਨਾਲ ਲੱਗਦੇ ਨੇ ਇਸ ਖੱਗਰ ਦਰਿਆ ਨਾਲ ਲੱਗਦੇ ਨੇ ਉਥੋਂ ਦੇ ਲੋਕਾਂ ਦੀ ਸਥਿਤੀ ਇਹ ਹੋ ਚੁੱਕੀ ਹੈ ਕਿ ਜੋ ਇਹ ਗੰਦਾ ਪਾਣੀ ਹੈ ਸਾਡੇ ਚ ਗੰਦਾ ਪਾਣੀ ਹੈ ਇਹ ਜਾ ਕੇ ਥੱਲੇ ਸਾਡੇ ਪੀਣ ਵਾਲੇ ਪਾਣੀ ਦੇ ਵਿੱਚ ਰਲ ਕੇ ਸਾਡੇ ਘਰ ਦੇ ਵਿੱਚ ਆ ਰਿਹਾ ਹੈ ਸਾਡੇ ਘਰਾਂ ਦੇ ਵਿਚਾਰਿਆ ਔਰ ਸਾਡੀ ਸਥਿਤੀ ਐਸ ਟਾਈਮ ਇਹ ਐ ਕਿ ਸਾਡੇ ਪਿੰਡਾਂ ਦੇ ਜੋ ਵੀ ਇਹ ਨਾਲੀ ਦੇ ਵਿੱਚ ਇੱਕ ਗਰਦਰੀਆ ਤੇ ਪਿੰਡ ਲੱਗਦੇ ਨੇ ਅਗਰ ਇਹਨਾਂ ਦਾ ਸਰਵਾ ਕਰਵਾ ਲਿਆ ਜਾਵੇ ਤਾਂ ਇਹਦੇ ਵਿੱਚ ਤੁਹਾਨੂੰ 20% ਲੋਕ ਕੈਂਸਰ ਨਾਲ ਗ੍ਰਸਤ ਮਿਲਣਗੇ ਤੇ 10% ਲੋਕ ਤੁਹਾਨੂੰ ਹੈਪਟਾਈਟਸ ਸੀ ਔਰ ਬੀ ਵਰਗੀਆਂ ਨਾਮਰਾਦ ਬਿਮਾਰੀਆਂ ਨਾਲ ਗ੍ਰਸਤ ਮਿਲਣਗੇ ਸੋ ਵੀਰੋ ਸਾਡੀ ਜਵਾਨੀ ਬਿਲਨ ਨਸ਼ਿਆਂ ਨੇ ਤਾਂ ਖਰਾਬ ਕਰ ਹੀ ਦਿੱਤੀ ਸੀ ਹੁਣ ਜਿਹੜੀ ਬਚੀ ਕੁਝੀ ਐ ਉਹ ਇਹ ਗੰਦੇ ਪਾਣੀ ਕਰਕੇ ਖਰਾਬ ਹੋ ਰਹੀ ਐ ਸਾਡਾ ਪਿੰਡ ਪਿੰਡ ਰੋੜਕੀ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਲਗੜ ਦੇ ਵਿੱਚ ਪੈਂਦਾ ਇਹ ਪਿੰਡ ਐ ਕੋਈ ਵੀ ਵੀਰ ਭਰਾ ਆ ਕੇ ਇੱਥੇ ਇਸ ਚੀਜ਼ ਦਾ ਸਰਵਾ ਕਰ ਸਕਦਾ ਔਰ ਅਸੀਂ ਕਈ ਚੈਨਲ ਵਾਲਿਆਂ ਨੂੰ ਵੀ ਬੇਨਤੀ ਕੀਤੀ ਪਰ ਕਿਸੇ ਵੀ ਚੈਨਲ ਵਾਲਿਆਂ ਨੇ ਇਹ ਮੁੱਦਾ ਨਹੀਂ ਦਿਖਾਇਆ ਪਰ ਮਜਬੂਰ ਹੋ ਕੇ ਅਸੀਂ ਤਾਂ ਕੋਈ ਬੁਲਾ ਰਹੇ ਨਹੀਂ ਐ ਕੋਈ ਐਂਕਰ ਨਹੀਂ ਐ ਮਜਬੂਰੀ ਬੱਸ ਬੀਰੋ ਸਾਨੂੰ ਇਹ ਆਪਣਾ ਮੁੱਦਾ ਆਪ ਉਠਾਉਣਾ ਪੈ ਰਿਹਾ ਸੋ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਹੈ ਔਰ ਖਾਸ ਤੌਰ ਤੇ ਜੋ ਸਾਡੀ ਵੀਡੀਓ ਦੇਖ ਰਿਹਾ ਕੋਈ ਲੀਡਰ ਹੈ ਇਸ ਪਾਸੇ ਆਵੇ ਅਸੀਂ ਕਹਿੰਦੇ ਹਾਂ ਅਸੀਂ ਉਸ ਲੀਡਰ ਨੂੰ ਵੀ ਚੈਲੰਜ ਕਰਦੇ ਹਾਂ ਅਸੀਂ ਕਹਿ ਦਾਂਗੇ ਅਸੀਂ ਜ਼ਿੰਦਗੀ ਦੇ ਵਿੱਚ ਇਹ ਕਦੇ ਮੁੱਦਾ ਨਹੀਂ ਉਠਾਵਾਂਗੇ ਇੱਕ ਰਾਤ ਸਾਡੇ ਪਿੰਡ ਦੇ ਵਿੱਚ ਆ ਕੇ ਰਵੇ ਅਸਲ ਸਾਡੀ ਜ਼ਿੰਦਗੀ ਦਾ